ਅੱਛਾ ਜੀ, ਕੀ ਹਾਲ ਚਾਲ ਆ? ਠੀਕ ਠਾਕ ਰਾਜ਼ੀ ਹੋ ਜੀ? ਅੱਛਾ, ਟਰੈਕਟਰ ਆਪਣਾ ਜਿਹੜਾ ਬੁਰਾਕ ਖਰੀਦਿਆ ਤੁਸੀਂ, ਇਹ ਤੁਸੀਂ ਤੁਹਾਡੇ ਕੋਲ ਇੱਧਰ ਮੈਸੀ ਟਰੈਕਟਰ ਵੀ ਖੜ੍ਹੇ ਨੇ, ਉਹ ਫੋਰਡ ਵੀ ਖੜ੍ਹੇ ਨੇ, ਅਤੇ ਇਹ ਨਵਾਂ ਕਿਉਂ ਲਿਆ ਤੁਸੀਂ? ਅੱਛਾ, ਅਤੇ ਤੁਸੀਂ ਅੱਗੇ ਵਾਹ ਵੇਖਿਆ, ਤੁਹਾਨੂੰ ਕਿਵੇਂ ਦਾ ਲੱਗਿਆ ਦੂਏ ਮੈਸੀ ਟਰੈਕਟਰ ਨਾਲ? ਉਹਦੇ ਨਾਲ ਅੱਛਾ ਟਰੈਕਟਰ ਹੈ। ਤੇਲ ਦੀ ਐਵਰੇਜ ਕਿਵੇਂ ਆਈ ਹੈ? 3 ਲੀਟਰ ਕਿੱਲੇ ਹੜਾਂ 'ਤੇ, ਅਤੇ ਰੂਟਾਵੇਟਰ 'ਤੇ ਪਾਇਆ ਜੀ? 6.5 ਲੀਟਰ ਜੀ ਰੂਟਾਵੇਟ। 72 ਫਾੜਾ ਸੀ ਮੇਰੇ ਖਿਆਲ, ਲੱਗਦੇ ਵੀਡੀਓ ਦੇਖੀ ਸੀ ਤੁਹਾਡੀ। ਲਓ ਜੀ, ਹੁਣ ਅਸੀਂ ਹੜਾਂ ਪਾ ਕੇ ਲੈ ਕੇ ਚੱਲੇ ਹਾਂ ਆਪ, ਅਤੇ ਆਪ ਵੀ ਚਲਾਉਣਾ, ਨਾਲੇ ਤੁਹਾਡੇ ਸਾਰੇ ਭਰਾ ਵੇਖਣਗੇ ਜ਼ਿੰਮੇਦਾਰ, ਅਤੇ ਨਾਲੇ ਜਿੰਨੇ ਵੀ ਮਤਲਬ ਇਸ ਨਵੀਂ ਕੰਪਨੀ ਦੇ ਪਿੱਛੇ ਆਏ ਸੀ ਕਿ ਬੁਰਾਕ ਟਰੈਕਟਰ ਆ ਗਿਆ, ਬੁਰਾਕ ਆ ਗਿਆ, ਅੱਜ ਬੁਰਾਕ ਤੁਹਾਡੇ ਸਾਹਮਣੇ ਚੱਲੇਗਾ। ਉਹ ਅੱਛਾ, ਬਲੋ ਕਿੰਨੀ ਕੁ ਮਾਰਦਾ ਹੈ? ਅੱਛਾ, ਉਹਨਾਂ ਨੇ ਕਿਹਾ ਜੀ ਅਗਰ ਬਲੋ ਮਾਰੇ ਟਰੈਕਟਰ ਕੰਪਨੀ ਦਾ, ਠੀਕ ਹੋ ਗਿਆ। ਟਰੈਕਟਰ ਪਸੰਦ ਆਇਆ ਤੁਹਾਨੂੰ? ਲਓ ਜੀ, ਫਾਰਮਰ ਦੀ ਰਾਏ ਤੁਸੀਂ ਦੇਖ ਲਈ ਆ, ਬਾਕੀ ਤੁਸੀਂ ਕਮੈਂਟਸ ਦੇ ਵਿੱਚ ਦੱਸਣਾ ਕਿ ਤੁਹਾਨੂੰ ਟਰੈਕਟਰ ਚਲਾਈ ਦੇ ਵਿੱਚ ਕੈਸਾ ਲੱਗਾ। ਹਾਲਾਂ ਜੋੜ ਲਈਆਂ, ਔਰ ਇਸ ਤੋਂ ਬਾਅਦ ਚੱਲਾਂਗੇ ਨਾਲ ਹੀ, ਉੱਥੇ ਵਾਹ ਕੇ ਤੁਹਾਨੂੰ ਚੈੱਕ ਕਰਾਉਂਦੇ ਹਾਂ। ਸ਼ੁਕਰੀਆ ਜੀ। ਹਾਂਜੀ ਭਾਈ ਜਾਨ, ਇਹ ਭਾਈ ਅਨਵਰ ਸਲਾਰਾ ਸਾਹਿਬ ਜਿਨ੍ਹਾਂ ਨੇ ਲਿਆ ਟਰੈਕਟਰ ਇਹ, ਅਤੇ ਉਹਨਾਂ ਕੋਲ ਪੁੱਛਿਆ ਦੱਸਿਆ ਮਾੜਾ ਜਿਹਾ, ਕਹਿੰਦੇ ਜੀ 37 ਦੇ ਵਿੱਚ ਲਿਆ, ਅਤੇ ਹੁਣ ਹੈਗਾ ਹੁਣ 40 ਦਾ ਜੀ, ਹੁਣ ਲੱਗੇ ਨੇ ਤਾਂ ਮਗਰ ਜੀ ਹੜਾ ਪਾਉਣ, ਹੜਾ ਪਾ ਕੇ ਨੇ ਵਾਹ ਕੇ ਧਿਆਨ ਲੈ। ਸਾਰੇ ਟਰੈਕਟਰ ਦਿਖਾਏ ਨੇ ਇਹਨਾਂ ਦੇ, ਮਾਸ਼ਾਅੱਲਾ ਚਨਿਓੜ ਦੇ ਬੜੇ ਫਾਰਮਰ ਆ, ਅਤੇ ਇਹਨਾਂ ਕੋਲ ਪੁੱਛਦੇ ਦੱਸਦੇ, ਥੋੜ੍ਹੀ ਬਹੁਤੀ ਗੱਲਬਾਤ ਜੇ ਦੱਸ ਦੇਣਗੇ ਤਾਂ। ਲਓ ਜੀ, ਹੜਾਂ ਪਾ ਨਹੀਂ ਆ, ਹੁਣ ਨਿਕਲ ਜਾਣਾ, ਫਿਰ ਚਲਾ ਕੇ ਚੈੱਕ ਕਰਦੇ ਭਾਈ ਸਜਾ ਵੀ ਉੱਪਰ ਆ ਗਿਆ। ਆਵਾਜ਼ ਬਹੁਤ ਜ਼ਬਰਦਸਤ ਆ। ਹਾਂਜੀ ਦੋਸਤੋ, 1800 ਤਾਂ ਚੱਲਦਾ ਸੀ, ਤਾਂ ਲੱਗਦਾ ਇਹਦਾ ਸੀ ਤਾਂ 2000 RPM ਤਾਂ ਚੱਲਦਾ। ਟੋਰਾ ਔਰ ਖਿਚਾਈ ਬਹੁਤ ਕਮਾਲ ਦੀ ਹੈ, ਇਹ 85 ਨੂੰ ਬਿਲਕੁਲ ਪਿੱਛੇ ਛੱਡਦਾ ਟਰੈਕਟਰ ਇਹ ਜਿਹੜਾ, ਅਤੇ ਉੱਤੇ ਵੀ ਅਜੇ ਤੁਹਾਨੂੰ ਪਤਾ ਕੰਪਨੀ ਨੇ ਕਿਹਾ ਕਿ ਤੁਸੀਂ ਕੋਈ ਟਾਕੀ ਨਹੀਂ ਮਾਰਨੀ, ਕੋਈ ਇਹਨੂੰ ਕੁਛ ਨਹੀਂ ਕਰਨਾ, ਇਹਨੂੰ ਜੋ ਵੀ ਇੱਕ ਸੇਮਾ ਕੱਢੇਗਾ ਜਾਂ ਕੋਈ ਲੀਕਿੰਗ ਮਾੜੀ ਮੋਟੀ ਹੋਊਗੀ ਅਸੀਂ ਖੁਦ ਆ ਕੇ ਠੀਕ ਕਰਾਂਗੇ। ਬੰਦਾ ਚੜਾਇਆ ਜੀ ਨਾਲ ਇਹਦੇ, ਪਲਾਟ ਸੀ ਲੰਬਾ ਸੀਗਾ ਇਹਨੇ ਸਾਰੇ ਨੇ ਬਹੁਤ। ਅਸਲ ਵਿੱਚ ਉਹ ਜਿੱਥੇ ਟਰੈਕਟਰ ਫਿਰਦਾ ਉੱਥੇ ਜ਼ਮੀਨ ਛੋਟੇ ਤਰ੍ਹਾਂ ਵਾਹ ਹੋਈ ਹੈ, ਉਹ ਥੋੜ੍ਹਾ ਟੱਪਦਾ ਜ਼ਿਆਦਾ। ਉੱਥੇ ਬੜੇ ਟਰੈਕਟਰ ਦਾ ਨਾ ਉਹ ਜਿੱਦਾਂ ਹੁੰਦਾ ਵੇ ਅਡਾਟ ਪੈਂਦੇ, ਉਹ ਨਹੀਂ ਗੱਲ ਹੈ ਜੀ। ਖੜਾ ਦੇਖ ਲਓ ਪਿੱਛੇ ਜਿਹਾ ਲੱਗਿਆ, ਕੋਈ ਪਰਵਾਹ ਨਹੀਂ ਹੈਗੀ। ਟਰੈਕਟਰ ਦਾ ਟੋਰਾ ਮਾਸ਼ਾਅੱਲਾ ਬਹੁਤ ਜ਼ਬਰਦਸਤ, ਬੰਦਾ ਉੱਪਰ ਅਸੀਂ ਬਿਠਾਇਆ ਤਾਂ ਕਿ ਸਾਰੇ ਦੋਸਤਾਂ ਨੂੰ ਪਤਾ ਚੱਲ ਸਕੇ ਕਿ 1800 RPM 'ਤੇ ਇਹਨੂੰ ਚਲਾਇਆ ਜਾ ਰਿਹਾ।
ਕਿਉਂਕਿ ਜਦੋਂ ਤੱਕ ਇਹ ਟਰੈਕਟਰ ਚੱਲਣਾ ਨਹੀਂ ਸੀ ਉਦੋਂ ਤੱਕ ਜ਼ਿੰਮੇਦਾਰਾਂ ਭਰਾਵਾਂ ਨੂੰ ਪਤਾ ਨਹੀਂ ਸੀ ਲੱਗਣਾ ਕਿ ਟਰੈਕਟਰ ਕੀ ਚੀਜ਼ ਆ। ਅੱਜ ਸਾਡਾ ਬੰਦਾ ਆਪਣਾ ਚਲਾ ਰਿਹਾ ਜਿਹੜਾ 85 ਚਲਾਉਂਦਾ ਸੀ, ਉਦੋਂ ਉਹਦਾ ਤਜਰਬਾ ਵੀ ਅਸੀਂ ਇਨਸ਼ਾਅੱਲਾ ਪੁੱਛਾਂਗੇ। ਲਓ ਜੀ ਆਪਣਾ ਬੰਦਾ ਉਤਰਿਆ ਤਾਂ ਚਾਚਾ ਜੀ ਬਹਿ ਗਿਆ ਉੱਪਰ, ਇਹ ਹੁਣ ਲੱਗੇ ਚੈੱਕ ਕਰਨ ਅਤੇ ਇਹਦੇ ਨਾਲ ਨਾਲੇ ਸਵਾਲ ਜਵਾਬ ਵੀ ਕਰਾਂਗੇ, ਕਿਉਂਕਿ ਇਹ ਵੀ ਅੱਗੇ ਚਲਾਉਂਦੇ ਰਹੇ ਹੁਣ। ਦੇਖੋ ਜੀ ਚਾਚੇ ਨੇ ਧੂੜ ਪੱਟੀ ਆ ਪੂਰੀ ਇਹਦੀ, ਜਾਂਦਾ ਤੋਰਾ ਹਜੇ ਉਹ ਕਹਿੰਦੇ ਜੀ ਇਹਨੂੰ ਇਨਸ਼ਾਅੱਲਾ ਅਸੀਂ ਕੰਪਨੀ ਕੋਲ ਵੇਟ ਮੰਗਵਾ ਕੇ ਲਾਉਣੇ ਨੇ ਇਹਦੇ। ਸੇਵ ਹੁਣ ਗੱਲ ਕਰ, ਹੁਣ ਮਾਰਨਾ ਟੁੱਬੀ ਨਹੀਂ ਉਹ ਲੀਵਰ ਅਸਲ ਆ ਗਿਆ ਥੋੜ੍ਹਾ ਜਿਹਾ ਪੇਜ ਢਿੱਲਾ, ਉਹ ਆਪਣੇ ਆਪ ਲੀਵਰ ਪਿੱਛੇ ਚਲਾ ਜਾਂਦਾ। ਹਾਂਜੀ ਅਸਲਾਮ ਵਾਲੇਕੁਮ ਚਾਚਾ ਜੀ, ਕੀ ਨਾਂ ਜੀ ਆਪਣਾ? ਅੱਛਾ ਤੁਸੀਂ ਗੁਲਾਬ ਸਰ ਸਾਹਿਬ, ਇਹ ਦੱਸੋ ਕਿ ਤੁਸੀਂ ਅੱਗੇ ਮਿਲਣ ਦੇ ਟਰੈਕਟਰ ਵੀ ਚਲਾਉਂਦੇ ਰਹੇ ਹੋ, ਫੋਰਡ ਵੀ ਚਲਾਏ ਹੋਣਗੇ, ਅੱਜ ਤੁਸੀਂ ਚਲਾਇਆ ਬੁਰਾਕ ਨਵਾਂ ਟਰੈਕਟਰ ਬੁਰਾਕ ਕੰਪਨੀ ਦਾ। ਅੱਛਾ ਕੀ ਫਰਕ ਇਹਦੇ ਵਿੱਚ ਤੁਸੀਂ ਅੱਗੇ ਨਾਲੋਂ ਮਲੂਮ ਕੀਤਾ ਵੀ ਇਹ ਟਰੈਕਟਰ ਚੰਗਾ ਨਹੀਂ ਚੰਗਾ? ਬਾਕੀ ਖਿਚਾਈ ਕਿੱਦਾਂ ਦੀ ਲੱਗੀ? ਮਤਲਬ ਕਿ ਜਿਹੜੀਆਂ ਹੜਾਂ ਵੀ ਲਾਈਆਂ ਉਹ ਵੀ ਓਵਰ ਲਾਈਆਂ? ਬਾਕੀ ਟਰੈਕਟਰ ਪਸੰਦ ਆਇਆ ਜਾਂ ਨਹੀਂ? ਕੀ ਮਸ਼ਵਰਾ ਦਿੰਦੇ ਆ ਜਿਹੜੇ ਆਪਣੇ ਜ਼ਿੰਮੇਦਾਰ ਆ ਉਹਨਾਂ ਨੂੰ? ਅੱਛਾ ਅੱਛਾ, ਮਤਲਬ ਕਿ ਤੁਸੀਂ ਖਰੀਦਣਾ ਚਾਹੁੰਦੇ ਸੀ ਤੇ ਇਹ ਸਾਡੇ ਚਾਚੇ ਨੇ ਲੈ ਲਿਆ? ਤੁਸੀਂ ਤੁਹਾਡਾ ਤੇ ਸਾਡਾ ਤਾਂ ਚਾਚਾ ਹੀ ਲਾ, ਤੁਸੀਂ ਵੀ ਚਾਚਾ ਜੀ। ਅੱਛਾ ਹੁਣ ਤੁਸੀਂ ਲਓਗੇ ਇਹ ਵੀ ਟਰੈਕਟਰ ਨਵਾਂ? ਅੱਛਾ ਜੀ, ਚਾਚੇ ਸਾਹਿਬ ਕਹਿੰਦੇ ਨੇ ਕਿ ਅਸੀਂ ਵੀ ਲੈ ਰਹੇ ਹਾਂ ਨਵਾਂ, ਬਾਕੀ ਮਜ਼ੀਦ ਜਿਹੜੀਆਂ ਕਮੀਆਂ ਪੇਸ਼ੀਆਂ ਆਉਣਗੀਆਂ ਉਹ ਤੁਸੀਂ ਕੰਪਨੀ ਨੂੰ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਾਕੀ ਵੈਸੇ ਠੀਕ ਆ ਟਰੈਕਟਰ? ਠੀਕ ਹੋ ਗਏ, ਬਹੁਤ ਬਹੁਤ ਸ਼ੁਕਰੀਆ ਜੀ। ਮਤਲਬ ਟਰੈਕਟਰ ਦਾ ਨਾ ਜਿੱਦਾਂ ਹੁੰਦਾ ਵੇ ਅਡਾਟ ਪੈਂਦੇ ਉਹ ਵਾਲੀ ਗੱਲ ਹੈ ਜੀ। ਦੇਖ ਲਓ ਬਿਸਤਰਾ ਲੱਗੇਗਾ, ਕੋਈ ਪਰਵਾਹ ਨਹੀਂ ਹੈ।
ਟਰੈਕਟਰ ਦਾ ਟੋਰਾ ਮਾਸ਼ਾਅੱਲਾ ਬਹੁਤ ਜ਼ਬਰਦਸਤ। ਬੰਦਾ ਉੱਪਰ ਅਸੀਂ ਬਿਠਾਇਆ ਤਾਂ ਕਿ ਸਾਰੇ ਦੋਸਤਾਂ ਨੂੰ ਪਤਾ ਚੱਲ ਸਕੇ ਕਿ 1800 ਆਰਪੀਐਮ ਤੇ ਇਹਨੂੰ ਚਲਾਇਆ ਜਾ ਰਿਹਾ, ਕਿਉਂਕਿ ਜਦੋਂ ਤੱਕ ਇਹ ਟਰੈਕਟਰ ਚੱਲਣਾ ਨਹੀਂ ਸੀ ਉਦੋਂ ਤੱਕ ਜ਼ਿੰਮੇਦਾਰਾਂ ਭਰਾਵਾਂ ਨੂੰ ਪਤਾ ਨਹੀਂ ਸੀ ਲੱਗਣਾ ਕਿ ਟਰੈਕਟਰ ਕੀ ਚੀਜ਼ ਆ। ਅੱਜ ਸਾਡਾ ਬੰਦਾ ਆਪਣਾ ਚਲਾ ਰਿਹਾ ਜਿਹੜਾ 85 ਚਲਾਉਂਦਾ ਸੀ, ਉਦੋਂ ਉਹਦਾ ਤਜਰਬਾ ਵੀ ਅਸੀਂ ਇਨਸ਼ਾਅੱਲਾ ਪੁੱਛਾਂਗੇ।
ਉਹਦੇ ਨਾਲ ਲਾਵਣ ਦੇ ਉਹਨਾਂ ਦੇ ਨਾਲ ਲੱਗੇ ਤਾਂ ਮੁੜ ਪਤਾ ਲੱਗਣਾ। ਹੈਲੋ ਅਸੀਂ ਤਾਂ ਨਾ ਸਾੜੀ ਆਏ ਹਾਂ।
ਜੀ ਦੋਸਤੋ ਅਸੀਂ ਆਏ ਸੀ ਗੁਰਾਗ ਦਾ ਟਰੈਕਟਰ ਚੈੱਕ ਕਰਨ, 85 ਦਾ ਵੀ ਨਾਲ ਲਾ ਕੇ ਦੇਖਿਆ ਦੋਨਾਂ ਟਰੈਕਟਰਾਂ ਦਾ, ਉਹ 85 HP ਆ, ਉਹ ਟਰਬੋ ਆ, ਤੁਹਾਨੂੰ ਪਤਾ ਹੀ ਇਹ ਚੀਜ਼ ਦਾ ਫਰਕ ਆ। ਕੋਈ ਏਡਾ ਮਤਲਬ ਸਿਰਫ ਚੈੱਕ ਕਰਨ ਵਾਸਤੇ ਪਾਇਆ ਸੀ, ਇਹਨਾਂ ਦਾ ਕੋਈ ਐਸਾ ਕੋਈ ਖਾਸ ਮੁਕਾਬਲਾ ਨਹੀਂ ਸੀ, ਜਾਂ ਤਾਂ ਟਰਬੋ ਪਾਵਰ ਦੇ ਨਾਲ ਟਰਬੋ ਪਾਵਰ ਹੁੰਦਾ, ਫਿਰ ਚਲੋ ਇਹਨਾਂ ਦਾ ਮੁਕਾਬਲਾ ਪੂਰਾ ਹੋ ਪਾਉਂਦਾ। ਸਿਰਫ ਚੈੱਕ ਵਾਸਤੇ ਕੀਤਾ ਸੀਗਾ ਕਿ ਟੋਰੇ ਦਾ ਕਿੰਨਾ ਫਰਕ ਆ, ਕਿਉਂਕਿ ਉਹਦੀ ਪਾਵਰ ਜ਼ਿਆਦਾ, ਇਸ ਕਰਕੇ ਉਹਦਾ ਨਵਾਂ ਟਰੈਕਟਰ ਆ, ਉਹ ਚੱਲਿਆ ਹੋਇਆ ਪਹਿਲੇ ਬਾਕੀ ਟਰੈਕਟਰ, ਉਹ ਵੀ ਚੰਗਾ, ਦੂਸਰਾ ਵੀ ਚੰਗਾ ਮਿਲਦਾ। ਅਤੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਔਰ ਕਮੈਂਟ ਦੇ ਵਿੱਚ ਦੱਸਣਾ ਕਿ ਤੁਹਾਨੂੰ ਟਰੈਕਟਰ ਬੁਰਾਕ ਵਾਲਿਆਂ ਦਾ ਪਸੰਦ ਆਇਆ ਜਾਂ ਨਹੀਂ ਆਇਆ, ਕਿਸਾਨਾਂ ਨੂੰ ਲੈਣਾ ਚਾਹੀਦਾ ਨਹੀਂ ਚਾਹੀਦਾ, ਇਹ ਤੁਸੀਂ ਕਮੈਂਟ ਦੇ ਵਿੱਚ ਦੱਸਣਾ। ਇਜਾਜ਼ਤਾਂ ਦਿਓ ਜੀ, ਅੱਲਾ ਹਾਫਿਜ਼।